लगातार सरकार ते जिला प्रशासन सामने ये वड्डे सवाल खड़े हो जाते हैं कि जिन्हां भी लिंक रोड हैं उन्हारे किनारियां तो मिट्टी उतारी जाती है जिस करके वड्डे हादसे वापरते हैं। पिछले दिन एक वीडियो सामने आई सी जिस विच सड़क के किनारे बिल्कुल मिट्टी दिखाई नहीं दे रही सी। इस दे चलदे पिछले दिन सरकार ने ऑर्डर जारी कर दिता कि पंजाब दी सारियां सड़कां खास करके लिंक रोड के किनारियां तो मिट्टी लगाउण लई जिला पद्धर ते निर्देश दिते जाण। जिन्ने फुट सरकारी जमीन है उसनू पूरा किया जाए। ये आदेश जिला पद्धर से जारी भी किए गए सन जिसनू लैके फरीदकोट जिले में एक पिंड तो अजिही मिसाल देखण नू मिली है जिस विच राजनीतिक पार्टियां तो उपर उठ के अकाली कांग्रसी अते किसान जथेबंदियां दे आगुआं समेत पिंडां विच मौजूदा ते साबका पंचायतां भी इकट्ठियां होईयां हन। इस पिंड दी ये पहलकदमी दूजे पिंडां लई मिसाल बन गई है। ये पिंड है फरीदकोट जिले का पिंड झखड़वाला जिथे पिंड के वासियों ने पिंड नूं लगदियां 6 सड़कां दी साइडां दे नाल 8-8 फुट मिट्टी लगा के सड़क नूं 10 फुट तो 27 फुट चौड़ा कर दिता जिस नूं देखण दे लई नज़दीकी पिंड भी आउंदे हन। इस मौके ते जमीन मालक का कहना है कि साडे पिंड दी पंचायत दी एकजुटता देख के असीं इह कदम चुकिया है तां कि पिंड वासी अते बच्चे जो रोजाना स्कूल कॉलेज जांदे हन उन्हां दा खतरा भी मुक जाएगा। ਸਾਡੀ ਪਹਿਲੇ ਮੇਰੇ ਖੇਤਾਂ ਤੁੜੀ ਸੀ 8 ਫੁੱਟ ਤੇ 9 ਇੰਚ ਸੀਗੀ ਤਕਰੀਬਨ ਥੋੜ੍ਹਾ ਜਿਹਾ ਮਿੱਟੀ ਵੱਧ ਹੋਣ ਕਰਕੇ ਲਾਈ ਸੀ ਇਹਨਾਂ ਨੇ ਅਤੇ ਗਾਂਹ ਵਾਲੇ ਖੇਤ ਜਿੱਥੇ ਘੱਟ ਹੈ ਉੱਥੇ ਪਾਵਾਂਗੇ ਤੇਰੇ ਵਾਲੇ ਖੇਤਾਂ 'ਚ। ਫਾਇਦਾ ਇਹਦਾ ਇਹ ਹੈ ਜੀ ਦਰਖਤ ਲਾਵਾਂਗੇ, ਦਰਖਤ ਲਾ ਕੇ ਅਸੀਂ ਮੌਜ ਕਰਾਂਗੇ ਪਿੰਡਾਂ 'ਚ, ਹਰਿਆਲੀ ਆਊਗੀ ਅਤੇ ਲਾਵਾਂਗੇ ਦਰਖਤ ਕਿ ਉੱਥੇ ਜਿੱਥੇ ਤਾਰਾਂ ਹੈਣੀ ਉੱਤੇ ਜਾਂ ਲੋੜਵੰਦ ਥਾਂ ਹੈਗੀ ਜਗ੍ਹਾ ਸਾਡੇ ਕੋਲ ਉੱਥੇ ਅਸੀਂ ਤਾਰਾਂ। ਬਹੁਤ ਵਿੱਚ ਬੰਦੇ ਹੈਗੇ ਜਿਹੜੇ ਦਾਨ ਦੇਣ ਨੂੰ ਵੀ ਤਿਆਰ ਹੈ। ਨਹੀਂ ਨਹੀਂ ਐਡੀ ਕੋਈ ਗੱਲ ਨਹੀਂ, ਬਾਹਲੀ ਹੈ ਨਹੀਂ ਗੀ, ਉਹ ਵੋਟਾਂ ਦੇ ਹੁੰਦਾ ਚੱਕਰ ਵੋਟਾਂ 'ਚ ਹੁੰਦਾ ਅਤੇ ਉਦੋਂ ਬਾਅਦ ਬਸ ਕਰਾਂ ਜੇ ਕੰਮ ਸਾਰੇ ਇੱਕ ਹੋ ਜਾਂਦੇ। ਪਿੰਡ ਦੇ ਸਰਪੰਚ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਹਰ ਵਰਗ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਹੈ। ਉਹਨਾਂ ਇਹ ਵੀ ਕਿਹਾ ਕਿ ਜੋ ਮਿੱਟੀ ਇਸ ਤੋਂ ਉਠਾਏਗਾ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਮਦਦ ਕਰੇ ਤਾਂ ਇਸ ਕੰਮ ਨੂੰ ਸਾਰੇ ਪਿੰਡਾਂ ਵਾਲੇ ਹੋਰ ਹੌਸਲੇ ਨਾਲ ਕਰਨਗੇ। ਸਾਡਾ ਪਿੰਡ ਝਖੜਵਾਲਾ ਜੀ, ਜ਼ਿਲ੍ਹਾ ਫਰੀਦਕੋਟ, ਤਹਿਸੀਲ ਜੈਤੋ, ਅਤੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਜੀ, ਸਾਡੇ ਪਿੰਡ 2 ਪੰਚਾਇਤਾਂ ਜੀ, ਮੇਰਾ ਨਾਂ ਜਗਦੇਵ ਸਿੰਘ ਹੈ ਜੀ ਅਤੇ ਦੂਸਰੇ ਵੀਰ ਦਾ ਨਾਂ ਪ੍ਰਤਪਾਲ ਸਿੰਘ ਜੀ। ਸਾਡੇ 2 ਪੰਚਾਇਤਾਂ ਨੇ, ਦੋਵਾਂ ਪੰਚਾਇਤਾਂ ਨੇ ਪਿੰਡ ਦੇ ਨੌਜਵਾਨਾਂ ਦਾ ਸਹਿਯੋਗ ਲੈ ਕੇ ਇਹ ਕਦਮ ਚੁੱਕਿਆ ਜੀ। ਅਤੇ ਇਹ ਕੰਮ ਜਦੋਂ ਸ਼ੁਰੂਆਤ ਕੀਤੀ ਸੀ ਸਾਨੂੰ ਇਉਂ ਲੱਗਿਆ ਸੀ ਕਿ ਜਿਵੇਂ ਸਾਨੂੰ ਗਾਲਾਂ ਪੈਣਗੀਆਂ ਜਾਂ ਇਹ ਅਸੀਂ ਪੂਰਾ ਨਹੀਂ ਕਰ ਸਕਾਂਗੇ, ਪਰ ਜਦੋਂ ਸ਼ੁਰੂਆਤ ਹੋਈ ਜਿੱਥੇ ਆਪਾਂ ਖੜ੍ਹੇ ਹਾਂ ਇਸੇ ਗੰਦਾਰਾ ਰੋਡ ਤੋਂ ਅਸੀਂ ਸ਼ੁਰੂਆਤ ਕੀਤੀ ਸੀ ਅਤੇ ਸਾਨੂੰ ਇੰਨਾ ਸਹਿਯੋਗ ਮਿਲਿਆ ਦੋਵੇਂ ਪੰਚਾਇਤਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ, ਕਿਸਾਨ ਵੀਰਾਂ ਵੱਲੋਂ ਅਤੇ ਯੂਨੀਅਨਾਂ ਵੱਲੋਂ। ਸਾਨੂੰ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਜੀ ਉਹਨਾਂ ਵੱਲੋਂ ਸਾਨੂੰ ਹਦਾਇਤ ਆਈ ਸੀ ਕਿ ਰਸਤੇ ਜਿਹੜੇ ਖੁੱਲ੍ਹੇ ਕੀਤੇ ਜਾਣ, ਜਿਵੇਂ ਕਿਸੇ ਦੀਆਂ ਪਾਥੀਆਂ ਪਈਆਂ ਜਾਂ ਕੋਈ ਮਟੀਰੀਅਲ ਪਿਆ, ਰੋੜਾ ਰੱਪਿਆ ਪਿਆ, ਉਹ ਚੁਕਾ ਕੇ ਅਤੇ ਬਿਲਕੁਲ ਨਗਰ ਦੀ ਆਸੇ ਪਾਸੇ ਸਫਾਈ ਕਰਾਈ ਜਾਵੇ। ਜਦੋਂ ਅਸੀਂ ਇਸ ਮੁਹਿੰਮ ਦੇ ਤਹਿਤ ਕੰਮ ਸ਼ੁਰੂਆਤ ਕੀਤੀ ਤਾਂ ਸਾਨੂੰ ਲੱਗਿਆ ਕਿ ਬਹੁਤ ਲੋਕ ਜਿਹੜੇ ਆ ਉਹ ਸੜਕਾਂ ਦੇ ਕਿਨਾਰੇ ਦੀ ਜਗ੍ਹਾ ਵੱਢ ਰਹੇ ਆ ਅਤੇ ਇਸੇ ਕਰਕੇ ਜਦੋਂ ਵੀ ਕੋਈ ਲੰਘਦਾ ਸੀ ਅਤੇ ਦਿੱਕਤ ਆਉਂਦੀ ਸੀ, ਬਹੁਤ ਜ਼ਿਆਦਾ ਐਕਸੀਡੈਂਟ ਵੀ ਹੋਏ ਆ। ਜਿਵੇਂ ਹੁਣ ਛੋਟੇ ਵਾਹਨ ਸੀ, ਸਵਾਰੀਆਂ ਵਾਲੇ ਵਾਹਨ ਸੀ, ਉਹ ਲੰਘਦੇ ਸੀ ਅਤੇ ਸੜਕਾਂ ਦੇ ਕਿਨਾਰੇ ਖਾਧੇ ਪਏ ਸੀ ਅਤੇ ਉਹ 2-3 ਵਾਰੀ ਪਲਟੇ ਵੀ ਆ। ਇਸੇ ਕਰਕੇ ਅਸੀਂ ਨਗਰ ਨਿਵਾਸੀਆਂ ਦੇ ਧਿਆਨ 'ਚ ਗ੍ਰਾਮ ਪੰਚਾਇਤ ਨੇ ਲਿਆਂਦੀ, ਨੌਜਵਾਨਾਂ ਨੇ ਸਾਡਾ ਸਹਿਯੋਗ ਦਿੱਤਾ ਤਾਂ ਫਿਰ ਅਸੀਂ ਸਾਈਡਾਂ 'ਤੇ ਜਿਹੜੀ ਹੈ ਪੱਟੇ ਵਾਲੀ ਮਸ਼ੀਨ ਦੇ ਨਾਲ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਜਿਹੜਾ ਹੈ ਅਸੀਂ 8 ਫੁੱਟ 9 ਇੰਚ ਸੜਕ ਦੀ ਕੰਨੀ ਤੋਂ ਲੈ ਕੇ ਇੱਧਰਲੇ ਪਾਸੇ 8 ਫੁੱਟ 9 ਇੰਚ ਦੂਸਰੇ ਪਾਸੇ ਜਗ੍ਹਾ ਲੈ ਰਹੇ ਹਾਂ ਅਤੇ ਸਾਨੂੰ ਕੋਈ ਵੀ ਇਤਰਾਜ਼ ਨਹੀਂ ਕਰਦਾ। ਜੇ ਕੋਈ ਵੀਰ ਸਾਨੂੰ ਇਤਰਾਜ਼ ਕਰਦਾ ਵੀ ਹੈ ਅਤੇ ਉਹ 1-2 ਵਾਰੀ ਸਾਨੂੰ ਮਨ੍ਹਾ ਕਰਦਾ ਅਤੇ ਦੂਸਰੇ ਦਿਨ ਆਪਣੇ ਆਪ ਹੀ ਫੋਨ ਲਾ ਦਿੰਦਾ ਕਿ ਵੀਰ ਜੀ ਸਾਡੇ ਵੀ ਮਸ਼ੀਨ ਭੇਜੋ ਅਤੇ ਸਾਡੇ ਵੀ ਤੁਸੀਂ ਟਰੈਕਟਰ ਲਾ ਕੇ ਮਿੱਟੀ ਲਾਓ ਅਤੇ ਸਾਨੂੰ ਵੀ ਜਿਹੜਾ ਆਪਦੇ ਵਿੱਚ ਲਾਓ। ਸਾਡੇ ਪਿੰਡ ਦੇ ਨਾਲ 6 ਪਿੰਡ ਜੁੜਦੇ ਆ ਜੀ, ਜਿਵੇਂ ਲੰਬਵਾਲੀ ਰੋਡ, ਗੰਦਾਰਾ ਰੋਡ, ਬਾਜਾ ਖਾਨਾ ਰੋਡ ਅਤੇ ਸਿੱਧਾ ਸਿੰਘ ਵਾਲਾ ਰੋਡ, ਬਰਗਾੜੀ ਰੋਡ, ਰਾਹ ਸਿੰਘ ਵਾਲਾ ਰੋਡ, ਤਕਰੀਬਨ 6-7 ਪਿੰਡਾਂ ਨੂੰ ਸਾਡੇ ਪਿੰਡੋਂ ਸੜਕਾਂ ਜਾਂਦੀਆਂ ਜੀ ਅਤੇ 6-7 ਪਿੰਡ
जिन्हां नाल असीं अगले आपदी हद तो गांह टप के भी असीं गलबात की ते ओ कहिंदे वी साडे पिंड तक ही मिट्टी लाओ। असीं जिवें बाजाखाना रोड तो शुरुआत की ते ओ कहिंदे वी साडे पिंड वड्डे रोड तक तुसीं सड़क ते मिट्टी लाउणी आ, असीं तुहाडा सहयोग देवांगे। इहदा खर्चा जी तकरीबन सर मन के चलो भी 8-10 लाख रुपया मन के सारे पिंड दा खर्चा हो चुक्या, क्योंकि मशीन जिहड़ी है वो जिहड़ी बहुत महंगी आ पै रही है सानू, पेट्रोल डीजल ज़्यादा खर्चा जी, इस करके पिंड दा साढ़े दा 7-8 लाख रुपया खर्चा हो चुक्या है। तो किलोमीटर तो सानू गिनी नहीं जा सकती, क्योंकि जे एक पिंड 5 किलोमीटर की दूरी पर आ ते 5 नूं 6 नाल गुणा कर लईए 35-40 किलोमीटर 35-40 किलोमीटर ये असीं सड़कां दी मिट्टी पा चुके हैं जी। इस काम च हजे तक जी वैसे तो कोई संजोग नहीं गा। मैं बेनती करदा पंजाब सरकार नूं कि जेकर सानू रूड़ियां वास्ते स्पैशल जगह मिल जाती है तो साडे पिंड वर्गा सोहना नहीं हो सकता, क्योंकि हुण जिवें सड़कां बहुत सोहणियां बन गईआं, वधिया मिट्टी लग गई है, आउण जाण वाले सानू वधाईआं दिंदे आ, पिंड वाले भी सानू फोन ते बहुत वधाईआं दिंदे ने, जिहड़े बाहरों भी लंघदे ने उन्होंने पता लगता है कि पंचायतां वधिया नौजवान वधिया काम कर रहे हैं। उस तो बाद साडा जिहड़ा इह असीं पाना दा बीड़ा चुकिया कि जिवें 8 फुट 9 इंच ते असीं मिट्टी लगा रहे हैं, उस तो असीं पहला जदों पौधे लगाए सी वह तकरीबन सड़क के नेड़े लग चुके सी, ते हुण सानू है भी जिधर नहीं पौधे जमे नहीं लगे इधर असीं जिहड़ा 8 फुट 10 इंच ते जाके असीं बूटा लावांगे, ते वह बूटे जदों वधणगे ते गांह वाले बूटे भी उहदे नाल रल जाणगे। तो वैसे तो जिवें गंदारा रोड से बहुत घट बूटे है जी, असी 8 फुट 10 इंच। अजीत पंजाबी दी ओथेंटिक खबरां दे लई सबसक्राइब करो अजीत वैब टीवी, ताज़ी खबरां दी नोटिफिकेशन पाउण दे लई बैल आइकन ते क्लिक करो।